पंचायती जमीन है ऐसी भाईचारे की जमीन है तकरीबन 20-25 किले पर 8-10 किलों के माइनिंग हो रही है। पिंड का जो सरपंच है वो इतों मिट्टी चक चक बाहर बेच रहा है। ਜਿਵੇਂ ਜਿਹੜੀ ਨੌਨ ਕਮਰਸ਼ੀਅਲ ਲੈਂਡ ਆ ਉਹ ਕਹਿੰਦੇ 3 ਫੁੱਟ ਤੋਂ ਵੱਧ ਆਪਾਂ ਮਾਈਨਿੰਗ ਕਰ ਨਹੀਂ ਸਕਦੇ। ਕਿੰਨੀ ਹੋਊਗੀ ਤੁਹਾਡੇ? ਦੇਖੋ ਜੀ 8-10 ਫੁੱਟ ਆ ਜੀ, ਜਾ ਕੇ ਦੇਖ ਸਕਦੇ। ਇੱਕ ਹੋਰ ਕਾਨੂੰਨ ਆ ਜੀ ਆਪਣੇ, ਮਤਲਬ ਕਿ 3 ਫੁੱਟ ਤੋਂ ਵੱਧ ਆਪਾਂ ਮਾਈਨਿੰਗ ਕਰ ਹੀ ਨਹੀਂ ਸਕਦੇ। ਇਹ ਤੇ ਭੂਤਾਂ ਉਹ ਤੁਹਾਡੀ ਸਹਿਮ ਤਾਂ ਭੂਤਾਂ ਵਰਦੀਆਂ ਸੀ, ਮੈਂ ਕੀ ਮਾੜਾ ਕਰਤਾ ਮਿੱਟੀ ਚੱਕਤੀ। ਭੂਤਾਂ ਉਹਦੇ ਤੇ ਹੋਰ ਕੀ ਸੀ ਇੱਥੇ? ਅੱਛਾ, ਕਿੰਨੇ ਕੁ ਰੁਪਏ ਦੀ ਵੇਚਤੀ ਹੋਊਗੀ ਮਿੱਟੀ? ਇਹ ਤਾਂ ਸਾਡੇ ਹਿਸਾਬ ਨਾਲ ਤਾਂ ਕਰੋੜ ਦੇ ਲਗਭਗ ਹੀ ਹੈ ਜੀ, ਜਿਹੜੇ ਹਿਸਾਬ ਨਾਲ ਮਿੱਟੀ ਇੰਨੀ ਚੱਕੀ ਗਈ। ਇੱਥੋਂ ਟਰੈਕਟਰ ਵੀ ਮੁੜਿਆ 2-3, ਜੇਕਰ ਇਹ ਕਾਨੂੰਨੀ ਹੁੰਦੀ ਤਾਂ ਉਹ ਮੁੜਦੇ ਕਿਉਂ? ਇਹ ਕਿੱਡਾ ਕਿੱਡੇ ਬਾਈ ਬਾਈ? ਬਹੁਤ ਵੱਡਾ ਸੀਗਾ ਬਾਈ, ਬਹੁਤ ਵੱਡਾ। ਟਿੱਬੇ ਤੋਂ ਟੋਏ ਬਣਾਤੇ? ਹਾਂ, ਟੋਏ ਬਣਾਤੇ ਜੀ, ਟੋਏ ਬਣਾਤੇ। ਇਹ ਤਾਂ ਕੁੱਤੇ ਨੇ ਸਾਲੇ ਜਾਣ ਕੇ ਮੈਨੂੰ ਖਰਾਬ ਕਰ ਦਿਆ ਭੈਣ ਜੀ। ਆ ਜਿੰਨੇ ਜੋਰ ਨਾਲ ਕੱਟੋ ਰਿਹਾ ਵਾ ਕੁੜੀ ਦੇ। ਇਹ 5.5 ਫੁੱਟ ਦਾ ਬਾਈ ਦਾ ਕੱਦ ਆ, ਇੰਨਾ ਦਾ ਟੋਆ ਪੈ ਚੁੱਕਿਆ। ਇੱਥੇ ਕਹਿੰਦੇ ਟਿੱਬੇ ਹੁੰਦੇ ਸੀ ਕਿਸੇ ਟਾਈਮ, ਤੇ ਹੁਣ ਦੇਖ ਰਹੇ ਹੋ ਕਿ ਟੋਏ ਪਏ ਆ। ਕਿੰਨੇ ਕਿੱਲੇ ਜ਼ਮੀਨ ਹੈ? 8-10 ਹੈ। ਇਹ 8-10 ਹੈ ਜੀ। ਇਹ ਆਪਣਾ 20 ਮਾਰਚ ਤੋਂ 21 ਮਾਰਚ ਤਾਈਂ ਇਹਨਾਂ ਦਾ ਹੋਇਆ ਸੀ 1 ਸਾਲ ਦਾ, ਠੀਕ ਹੈ ਜੀ, ਐਗਰੀਮੈਂਟ ਜੀ। ਤੇ ਇਹਨਾਂ ਨੇ ਉਦੋਂ ਬਾਅਦ ਚ ਵੀ ਹਜੇ ਉਵੇਂ ਪਏ, ਤੁਸੀਂ ਦੇਖ ਲਓ। ਇਹ ਐਗਰੀਮੈਂਟ ਕਦੋਂ ਦਾ ਸੀਗਾ ਜੀ? ਇਹ ਤਾਂ ਹੋ ਗਏ ਨੂੰ 2 ਸਾਲ ਜੀ। ਉਹ ਕਹਿੰਦੇ 2021 ਤੱਕ ਦਾ ਸੀਗਾ। ਹਾਂ, ਤੇ ਹੁਣ ਕਿਉਂ ਹੋ ਰਹੀ ਹੈ ਇੱਥੇ? ਕਿੰਨੀ ਕੁ ਮਿੱਟੀ ਇੱਥੋਂ ਲੈ ਗਏ ਹੋਣਗੇ? ਮਿੱਟੀ ਦਾ ਜੀ ਇਹ ਤਾਂ ਪਤਾ ਹੀ ਨਹੀਂ, ਕਿੰਨੇ ਘਟਣਾ ਦੇ ਹਿਸਾਬ ਨਾਲ ਹੀ ਆ। ਇਹ ਮੈਨੂੰ ਪਤਾ ਵੀ ਜਿਹੜਾ ਆਹ ਰੋਡ ਭਾਈ ਰੁਪਏ ਵਾਲਾ ਸਾਰਾ ਜੀ, ਹੋਰ ਕਿਤੋਂ ਤਾਂ ਮਿੱਟੀ ਇਹ ਕੋਈ ਰਾਮਪੁਰੇ ਤੱਕ ਇਹ ਪਈ ਹੈ ਜੀ ਮਿੱਟੀ। ਤੁਹਾਨੂੰ ਤਾਂ ਉਹ ਕਹੀ ਜਾਂਦੇ ਆ ਵੀ ਅਸੀਂ ਫੁੱਟ ਮਿੱਟੀ ਨਹੀਂ ਚੱਕਣ ਦਿੰਦੇ, ਉਹਨੂੰ ਨਹੀਂ ਕਾਰਵਾਈ ਤੋਂ ਬਿਨਾਂ। ਇੱਥੇ 8-8, 9-9 ਫੁੱਟ ਚੱਕੀ ਗਈ ਹੈ, ਕੋਈ ਇੱਥੇ ਆ ਕੇ ਕੋਈ ਅਫਸਰ ਨਹੀਂ ਖੜਾ। ਜਿਵੇਂ ਜ਼ਮੀਨ ਐਸੀ ਭਾਈਚਾਰੇ ਦੀ ਹੈ ਨਾ, ਇਹ ਉਹਨਾਂ ਤੋਂ ਬਗੈਰ ਮਤਲਬ ਕੋਈ ਹੋਰ ਲੈ ਸਕਦਾ ਇਹਨੂੰ? ਠੀਕ ਨਹੀਂ ਲੈ ਸਕਦਾ ਜੀ। ਐਗਰੀਮੈਂਟ ਹੋਇਆ ਇਹ ਮਤਲਬ ਜਿਨ੍ਹਾਂ ਦੀ ਜ਼ਮੀਨ ਉਹਦੀ ਸਹਿਮਤੀ ਵਗੈਰਾ ਹੋ ਸਕਦੀ? ਦੀ ਸਹਿਮਤੀ ਨਾਲ ਹੀ, ਇਕੱਲੇ ਮੈਂਬਰ 1-2 ਹੋਣਗੇ ਨਾਲ, ਤੇ ਮੇਨ ਤਾਂ ਸਰਪੰਚ ਸਾਹਿਬ ਵੀ ਕਰ ਰਹੇ ਆ। ਤੁਹਾਡੀ ਜ਼ਮੀਨ ਤੁਹਾਨੂੰ ਕੁਝ ਮਿਲਿਆ? ਲੋਕਾਂ ਨੂੰ ਕੋਈ ਸਹੂਲਤ ਮਿਲੀ ਇਹਦੇ ਵਿੱਚ? ਉਹ ਪੈਸੇ ਨਾਲ ਨਹੀਂ, ਕੋਈ ਸਹੂਲਤ ਨਹੀਂ ਜੀ, ਲੋਕਾਂ ਦਾ ਨੁਕਸਾਨ ਹੋਇਆ ਵੀਰੇ। ਬਿਲਕੁਲ ਹੀ ਨਹੀਂ ਸਹੂਲਤ ਮਿਲੀ, ਹੋ ਸਕਦਾ ਮੇਰੇ ਵਰਗੇ ਲੈ ਗਏ ਹੋਣ। ਹਾਂ, ਇਹਨਾਂ ਨੂੰ ਗਰੀਬ ਬੰਦਿਆਂ ਨੂੰ ਕੋਈ ਸਹੂਲਤ 1% ਵੀ ਨਹੀਂ ਮਿਲੀ। ਕੋਈ ਗੈਰ ਕਾਨੂੰਨੀ ਨਹੀਂ, ਮਿੱਟੀ ਚਕਾਈ ਇੱਥੇ ਭੂਤਾਂ ਰਹਿੰਦੀਆਂ ਸੀ। ਪੈਂਦੀ ਰਹੀ ਹੈ ਸਰਪੰਚ ਦੇ ਘਰ ਵਾਲੀ, ਨਰੇਗਾ 'ਚ ਜਾਊਗੀ ਪਹਿਲਾਂ, ਤੁਸੀਂ ਇੰਨੇ ਦੇਖ ਲਓ। ਅਤੇ ਉਹਦੀ ਨੂੰਹ ਰਾਣੀ ਵੀ ਹੈ, ਉਹਨਾਂ ਦੀਆਂ ਹਾਜ਼ਰੀਆਂ ਪੰਗੀਆਂ ਹੋਈਆਂ ਜੀ। ਲੋਕ ਵਾਇਸ ਟੀਵੀ ਨਾਲ ਜੁੜੇ ਹੋ ਤੁਸੀਂ, ਮੈਂ ਹਮਤਾਜ। ਪਿੰਡ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਮਾਈਨਿੰਗ ਕਰਵਾਈ ਕਿਹਦੇ ਵੱਲੋਂ ਜਾ ਰਹੀ ਆ? ਪਿੰਡ ਦੇ ਸਰਪੰਚ ਵੱਲੋਂ, ਪਿੰਡ ਦੁੱਲੇਵਾਲਾ ਵਿਖੇ ਖੜ੍ਹੇ ਹਾਂ। ਪੰਚਾਇਤੀ ਜ਼ਮੀਨ ਆ ਐਸੀ ਭਾਈਚਾਰੇ ਦੀ, ਇਹ ਜ਼ਮੀਨ ਆ ਤਕਰੀਬਨ 20-25 ਕਿੱਲੇ ਪਰ 8-10 ਕਿੱਲਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਆ। ਪਿੰਡ ਵਾਲਿਆਂ ਦਾ ਅਤੇ ਮੈਂਬਰ ਆ ਜਿਹੜੇ ਮੌਜੂਦਾ ਪੰਚਾਇਤ ਮੈਂਬਰ, ਉਹਨਾਂ ਦਾ ਕਹਿਣਾ ਕਿ ਜਿਹੜੀ ਹੋ ਰਹੀ ਹੈ ਮਾਈਨਿੰਗ ਇਹ ਗੈਰ ਕਾਨੂੰਨੀ ਆ। ਪਿੰਡ ਦਾ ਜਿਹੜਾ ਸਰਪੰਚ ਆ ਉਹ ਇੱਥੋਂ ਮਿੱਟੀ ਚੱਕ ਚੱਕ ਬਾਹਰ ਵੇਚ ਰਿਹਾ, ਜਾਣਦੇ ਕੀ ਆ ਪੂਰਾ ਮਾਮਲਾ। ਇੱਥੋਂ ਟਰੈਕਟਰ ਵੀ ਮੁੜਿਆ 2-3, ਜੇਕਰ ਇਹ ਕਾਨੂੰਨੀ ਹੁੰਦੀ ਤਾਂ ਉਹ ਮੁੜਦੇ ਕਿਉਂ? ਉਹ ਮਿੱਟੀ ਲੈ ਕੇ ਜਾਂਦੇ। ਗੱਲਬਾਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਕੀ ਮਾਮਲਾ ਜੀ, ਕਿਵੇਂ ਮਾਈਨਿੰਗ ਹੋ ਰਹੀ ਹੈ, ਕੌਣ ਕਰਵਾ ਰਿਹਾ, ਕੀ ਗੱਲਬਾਤ? ਮਾਮਲਾ ਸਰ ਜੀ ਇਹ ਹੈਗਾ, ਇਹ ਏਸੀ ਕੋਟੇ ਦੀ ਜ਼ਮੀਨ ਹੈ ਜੀ। ਇਹਦੇ ਵਿੱਚੋਂ ਸਰਪੰਚ ਨੇ ਕੀ ਕਰਿਆ, ਜਿਹੜਾ ਸਾਡੇ ਰੋਡ ਬਣਦਾ ਨਾ ਭਾਈ ਰੁਪਾ ਰੋਡ ਬਣਿਆ ਗਾ, ਬ੍ਰਿਜ ਬਣਿਆ ਉੱਥੇ ਜੀ ਭਾਈ ਰੁਪੇ ਦੇ ਵਿੱਚ, ਉਹ ਬ੍ਰਿਜ 'ਤੇ ਇਹਨਾਂ ਨੇ ਗੱਲਬਾਤ ਕਰਕੇ ਮਿੱਟੀ ਦੀ ਇੱਕ ਲੋਕਲ ਦੀ ਪੈਡ 'ਤੇ ਮਤਾ ਬਣਾ ਲਿਆ ਵੀ ਇਹ ਸਾਡਾ ਮਤਾ ਗਾ ਜੀ। ਆ ਮਤਾ ਵੀ ਤੁਹਾਨੂੰ ਦਿਖਾਉਂਦੇ ਹਾਂ। ਕਹਿੰਦੇ ਵੀ ਇਹ ਅਸੀਂ ਇੱਥੇ ਸਮਰਸੀਬਲ ਮੋਟਰ ਲਾ ਕੇ ਦੇਣਗੇ ਅਤੇ ਜ਼ਮੀਨ ਪੱਧਰ ਕਰਕੇ ਦੇਣਗੇ, ਠੀਕ ਹੈ, ਇਹ ਗੱਲ ਦਾ ਮਤਾ ਬਣਾ ਲਿਆ ਜੀ। ਅਤੇ ਉਹ ਜਦੋਂ ਅਸੀਂ RTM ਵਗੈਰਾ ਪਾ ਕੇ ਅਸੀਂ ਪੁੱਛਿਆ ਹਿਸਾਬ ਕਿਤਾਬ ਵੀ ਕੀ ਸਿਸਟਮ ਹੈ ਇਹਦਾ, ਇਹ ਕਹਿੰਦੇ ਜੀ ਬਸ ਆਏ ਹਾਂਗਾ, ਉਹ ਸਾਲ ਵਾਸਤੇ ਦਿੱਤੀ ਸੀ ਸਾਨੂੰ, ਜਾਣੀ ਪੂਰਾ ਕਲੀਅਰ ਜੀ ਗੱਲ ਕਰੀ ਨਹੀਂ, ਗੰਧਾਲ ਜੇ ਗਏ, ਇਹ ਤਾਂ ਜੀ ਕੋਈ ਪੈਸਾ ਨਹੀਂ ਲਿਆ ਅਸੀਂ, ਅਤੇ ਪੈਸੇ ਤੋਂ ਬਿਨਾਂ ਤਾਂ ਹੁਣ ਆਹ ਨਾਲ ਦੀਆਂ ਜ਼ਮੀਨਾਂ ਜੀ 1.5-1.5 ਲੱਖ ਰੁਪਏ ਨੂੰ ਠੇਕੇ 'ਤੇ ਲੱਗਦੀਆਂ, ਅਤੇ ਇਹ ਕਿਵੇਂ ਹੋ ਸਕਦਾ ਗਾ? ਰੇਤੇ ਦੀ ਤਾਂ ਹੁਣ ਆਪਾਂ ਇੱਕ ਟਰਾਲੀ ਆਮ ਘਰਾਂ 'ਚ ਢਾਉਂਦੇ ਹਾਂਗੇ 500 ਰੁਪਏ ਦੀ ਹੈ, ਇਹ ਕਹਿੰਦੇ ਵੀ ਅਸੀਂ ਕੁਛ ਲਿਆ ਹੀ ਨਹੀਂ ਗਾ ਜੀ। ਇਹਦੇ 'ਚ ਅਸੀਂ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਪਾਈਆਂ, ਡਾਇਰੈਕਟਰ ਸਾਹਿਬ ਨੂੰ ਚਿੱਠੀਆਂ ਪਾਈਆਂ ਵੀ ਇਹਦੇ 'ਤੇ ਜਿੰਨਾ ਚਿਰ ਕੋਈ ਇਨਕੁਆਇਰੀ ਨਹੀਂ ਹੁੰਦੀ ਗੀ ਤਾਂ ਇਹਦੀ ਛੇੜਛਾੜ ਨਾ ਕੀਤੀ ਜਾਵੇ। ਕਿੰਨੇ ਕਿੰਨੇ ਕਿੱਲੇ ਜ਼ਮੀਨ ਹੈ? 8-10 ਹੈ ਜੀ। ਇਹ 8-10 ਹੈ ਜੀ ਤਕਰੀਬਨ, ਠੀਕ ਹੈ। ਇਹ ਆਪਣਾ 20 ਮਾਰਚ ਤੋਂ 21 ਮਾਰਚ ਤਾਈਂ ਇਹਨਾਂ ਦਾ ਹੋਇਆ ਸੀ 1 ਸਾਲ ਦਾ, ਠੀਕ ਹੈ ਜੀ, ਐਗਰੀਮੈਂਟ ਜੀ। ਅਤੇ ਇਹਨਾਂ ਨੇ ਉਦੋਂ ਬਾਅਦ 'ਚ ਵੀ ਹਜੇ ਉਵੇਂ ਪਏ, ਤੁਸੀਂ ਦੇਖ ਲਓ ਵੀ ਨਾ ਤਾਂ ਇਹਨੂੰ ਕੋਈ ਸਾਫ਼ ਸਫਾਈ ਕੀਤੀ ਹੈ, ਹੁਣ ਅਸੀਂ ਰਿੱਟ ਪਾ ਤੀ ਅਤੇ ਉਦੋਂ ਬਾਅਦ ਇਹ ਹੁਣ ਇਹਨੂੰ ਛੇੜਛਾੜ ਕਰਨ ਲੱਗੇ। ਨਹੀਂ, ਜਿਹੜਾ ਮਤਲਬ ਐਗਰੀਮੈਂਟ ਹੋਇਆ ਇਹ ਮਤਲਬ ਜਿਨ੍ਹਾਂ ਦੀ ਜ਼ਮੀਨ ਉਹਦੀ ਸਹਿਮਤੀ ਵਗੈਰਾ ਹੋ ਸਕਦੀ? ਦੀ ਸਹਿਮਤੀ ਨਾਲ ਹੀ, ਇਕੱਲੇ ਮੈਂਬਰ 1-2 ਹੋਣਗੇ ਨਾਲ, ਅਤੇ ਮੇਨ ਤਾਂ ਸਰਪੰਚ ਸਾਹਿਬ ਵੀ ਕਰ ਰਹੇ ਆ। ਕੋਈ ਉੱਚ ਅਧਿਕਾਰੀ ਦੇ ਤਾਂ ਉਹਦੇ 'ਤੇ ਕੋਈ ਸਾਈਨ ਨਹੀਂ, ਕੋਈ ਲੈਟਰ ਨੂੰ ਜਿਹੜਾ ਇਹਦੇ 'ਚ ਆਪਣੇ BDO ਦਫ਼ਤਰ 'ਚ ਹੁੰਦਾ ਇਹਨਾਂ ਦਾ ਅੱਡ ਕੀ ਕਹਿੰਦਾ, ਕੋਈ ਮਨਜ਼ੂਰੀ, ਕੋਈ ਮਨਜ਼ੂਰੀ ਉਹਦੇ 'ਤੇ ਲੈਟਰ ਪੈਡ 'ਤੇ ਕੋਈ ਨਹੀਂ ਗਾ,
ਕੋਈ ਨਹੀਂ ਗਿਆ ਨਹੀਂ ਜੀ ਡੀਪੀਓ ਸਾਹਿਬ ਤੋਂ ਮਨਜ਼ੂਰੀ ਨਹੀਂ ਲਈ ਜੀ ਕੋਈ ਡੀਸੀ ਸਾਹਿਬ ਤੋਂ ਨਹੀਂ ਮਨਜ਼ੂਰੀ ਲਈ ਜੀ ਤਾਂ ਬਸ ਆਪ ਦੇ ਕਰਕੇ ਬਸ ਵੀ ਬਣਾ ਲਿਆ ਇੱਕ ਕੋਰੇ ਕਾਗਜ਼ ਤੇ ਮਾਤਾ ਜੀ ਜੋ ਕਰਕੇ ਕਹਿੰਦੇ ਜਿਵੇਂ ਜਿਹੜੀ ਨੌਨ ਕਮਰਸ਼ੀਅਲ ਲੈਂਡ ਆ ਉਹ ਕਹਿੰਦੇ 3 ਫੁੱਟ ਤੋਂ ਵੱਧ ਆਪਾਂ ਮਾਈਨਿੰਗ ਕਰ ਨਹੀਂ ਸਕਦੇ ਕਿੰਨੀ ਹੋਊਗੀ ਤੁਹਾਡੇ ਜੀ 8 ਤੋਂ 10 ਫੁੱਟ ਆ ਜੀ ਜਾ ਕੇ ਦੇਖ ਸਕਦੇ ਕਈ ਥਾਵਾਂ ਤੋਂ 4 5 ਫੁੱਟ ਆ ਕਈ ਥਾਵਾਂ ਤੋਂ 8 ਤੋਂ 10 ਫੁੱਟ ਆ ਜੀ ਉਹ ਉੱਪਰ ਜਗ੍ਹਾ ਦੇਖ ਲਓ ਜੀ ਉਸ ਦਾ ਪੱਧਰ ਕਰਦੇ ਹਾਂ ਤੇ ਆ ਹੁਣ ਅਸੀਂ ਡੀਡੀਪੀਓ ਸਾਹਿਬ ਨੂੰ ਵੀ ਅਪੀਲ ਕਰਕੇ ਆਏ ਸੀਗੇ ਵੀ ਸਰ ਜੀ ਬੇਨਤੀ ਸੀਗੀ ਵੀ ਇਹ ਜਿੰਨਾ ਚਿਰ ਕਾਰਵਾਈ ਚੱਲੂਗੀ ਇਨਕੁਆਇਰੀ ਨਹੀਂ ਹੁੰਦੀ ਇਹਦੇ ਨਾਲ ਕੋਈ ਛੇੜਛਾੜ ਨਾ ਹੋਵੇ ਤੇ ਅੱਜ ਤੁਹਾਡੇ ਸਾਹਮਣੇ ਦੇਖ ਲਓ ਵੀ ਟ੍ਰੈਕਟਰ ਲਾ ਕੇ ਇੱਥੇ ਵੀ ਦਬਦਬ ਕਰਕੇ ਫਿਰ ਆਪਣਾ ਆਪ ਲਪੋਣ ਕਰ ਲਗੇ ਜੀ ਇਹ ਜਰਾ ਸਰ ਪੂਰੀ ਸਾਡੇ ਨਾਲ ਨਾ ਇਨਸਾਫੀ ਵਾਲੀ ਗੱਲ ਹੀ ਹੈਗੀ ਇਹ ਜਿਵੇਂ ਜ਼ਮੀਨ ਐਸੀ ਭਾਈਚਾਰੇ ਦੀ ਹੈ ਹਨਾ ਇਹ ਉਹਨਾਂ ਤੋਂ ਬਗੈਰ ਮਤਲਬ ਕੋਈ ਹੋਰ ਲੈ ਸਕਦਾ ਇਹਨੂੰ ਠੇਕੇ ਨਹੀਂ ਲੈ ਸਕਦਾ ਜੀ ਨਹੀਂ ਲੈ ਸਕਦਾ ਬਿਲਕੁਲ ਨਹੀਂ ਇਹ ਸਾਡਾ ਕਾਨੂੰਨ ਕਹਿੰਦਾ ਹੈਗਾ ਸਾਡਾ ਸੰਵਿਧਾਨ ਕਹਿੰਦਾ ਹੈਗਾ ਵੀ ਨਹੀਂ ਲੈ ਸਕਦਾ ਜਿਵੇਂ ਜਿਵੇਂ ਤੁਹਾਡੇ ਜਿਵੇਂ ਤੁਹਾਨੂੰ ਕੁਝ ਮਿਲਿਆ ਲੋਕਾਂ ਨੂੰ ਕੋਈ ਸਹੂਲਤ ਮਿਲੀ ਇਹਦੇ ਵਿੱਚ ਉਹ ਪੈਸੇ ਨਾਲ ਨਹੀਂ ਕੋਈ ਸਹੂਲਤ ਨਹੀਂ ਜੀ ਲੋਕਾਂ ਦਾ ਨੁਕਸਾਨ ਹੋਇਆ ਵੀਰੇ ਬਿਲਕੁਲ ਹੀ ਨਹੀਂ ਸਹੂਲਤ ਮਿਲੀ ਹੋ ਸਕਦਾ ਮੇਰੇ ਯਾਰ ਕੇ ਲੈ ਗਏ ਹੁਣ ਨਹੀਂ ਮਿਲੀ ਹਾਂ ਇਹਨਾਂ ਨੂੰ ਗਰੀਬ ਬੰਦਿਆਂ ਨੂੰ ਕੋਈ ਸਹੂਲਤ 1% ਵੀ ਨਹੀਂ ਮਿਲੀ ਮਤਲਬ ਜਿਹੜੀ ਤੁਹਾਡੀ ਜ਼ਮੀਨ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਇੱਥੇ ਤਾਂ ਜੀ ਪਹਿਲਾਂ ਕੋਈ ਲੱਕੜ ਵਾਲਣ ਨੂੰ ਕੋਈ ਗਰੀਬ ਗੁਰਬਾ ਆ ਕੇ ਆ ਜਾਂਦਾ ਸੀ ਦਰਖਤ ਵੀ ਸੀਗੇ ਬਹੁਤ ਵਧੀਆ ਦਰਖਤ ਸੀਗੇ ਇੱਥੇ ਚਲੋ ਵੀ ਕੋਈ ਇੱਧਰ ਵੀਰੇ ਪੱਠੇ ਬੀਜੇ ਕਿੱਕਰ ਕੋਈ ਟਾਲੀ ਇਹ ਵੀ ਆਪਣੀ ਪੰਚਾਇਤੀ ਜ਼ਮੀਨ 'ਚ ਬੀਜੇ ਹੋਏ ਨੇ ਇਹ ਨਹੀਂ ਪਤਾ ਸਰਪੰਚ ਸਾਹਿਬ ਵੀ ਇਹਨਾਂ ਤੋਂ ਠੇਕਾ ਲੈ ਰਿਹਾ ਜਾਂ ਨਹੀਂ ਲੈ ਰਿਹਾ ਇਹ ਵੀ ਗੈਰ ਕਾਨੂੰਨੀ ਆ ਬਿਲਕੁਲ ਜਿਵੇਂ ਜਿਵੇਂ ਇੰਨੀ ਮਿੱਟੀ ਤੁਸੀਂ ਕਿੰਨੀ ਕੁ ਮਿੱਟੀ ਇੱਥੋਂ ਲੈ ਗਏ ਹੋਣਗੇ ਮਿੱਟੀ ਦਾ ਜੀ ਇਹ ਤਾਂ ਪਤਾ ਹੀ ਨਹੀਂ ਕਿੰਨੇ ਘਟਣਾ ਦੇ ਹਿਸਾਬ ਨਾਲ ਹੀ ਆ ਇਹ ਮੈਨੂੰ ਪਤਾ ਵੀ ਜਿਹੜਾ ਆਹ ਰੋਡ ਭਾਈ ਰੁਪਏ ਵਾਲਾ ਸਾਰਾ ਜੀ ਹੋਰ ਕਿਤੋਂ ਤਾਂ ਮਿੱਟੀ ਇਹ ਕੋਈ ਰਾਮਪੁਰੇ ਤੱਕ ਇਹ ਪਈ ਹੈ ਜੀ ਮਿੱਟੀ ਜਿੰਨੇ ਬ੍ਰਿਜ ਮਤਲਬ ਕਿ ਆਹ ਬ੍ਰਿਜ ਤਾਂ ਪੂਰਾ ਹੀ ਭਾਈ ਰੁਪਏ ਵਾਲਾ ਦਾ ਕੰਪਲੀਟ ਇੱਥੋਂ ਕਰਿਆਗਾ ਸਾਡੀ ਨਿਗਾਹ ਦੇ ਵਿੱਚ ਤਾਂ ਕਿਉਂ ਅਸੀਂ ਦੇਂਦੇ ਸੀ ਟਿੱਪਰ ਚੱਲਦੇ ਸੀਗੇ ਟਿੱਪਰ ਆਉਂਦੇ ਜਾਂਦੇ ਸੀਗੇ ਤੇ ਰੋਡ ਵੀ ਉੱਚਾ ਚੱਕਿਆ ਜੀ ਜੇ ਜੇ ਮੰਨ ਲਓ ਵੇਚੀ ਹੋਵੇ ਵੀ ਕਿੰਨੇ ਕੁ ਰੁਪਈਆਂ ਦੀ ਵੇਚਤੀ ਹੋਊਗੀ ਮਿੱਟੀ ਰੁਪਈਆਂ ਦਾ ਤਾਂ ਇਹ ਤਾਂ ਸਾਡੇ ਹਿਸਾਬ ਨਾਲ ਤਾਂ ਕਰੋੜ ਦੇ ਲਗਭਗ ਹੀ ਹੈ ਜੀ ਜਿਹੜੇ ਹਿਸਾਬ ਨਾਲ ਮਿੱਟੀ ਇੰਨੀ ਚੱਕੀ ਗਈ ਆ ਆਹ ਤੁਹਾਨੂੰ ਦਿਸੀ ਜਾਂਦੀ ਆ ਜੀ ਆਹ 10 ਫੁੱਟ ਤਾਂ ਖੱਡੇ ਏਡੇ ਏਡੇ ਲਾਹੇ ਪਏ ਮਤਲਬ ਇੰਨੀ ਮਿੱਟੀ ਵੇਚੀ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਾਂ ਇਹਦੇ 'ਚੋਂ ਹਜੇ ਤਾਂ ਕੁਛ ਕੁ ਤਾਂ ਇਹਨਾਂ ਨੇ ਗਲੇਵਲ ਨਾਲ ਦੀ ਨਾਲ ਕਰਵਾ ਤੀ ਜਿਹੜੇ 20-20 ਫੁੱਟ ਡੂੰਘੇ ਵੀ ਖੱਡੇ ਕਰ ਲਏ ਸੀ ਜੇਸੀਬੀਆਂ ਨੇ ਜੇਸੀਬੀ ਵਿੱਚ ਸਾਨੂੰ ਨਾ ਇੱਥੋਂ ਸਾਈਡ ਤੋਂ ਅਸੀਂ ਖੇਤ ਬੰਨੇ ਆਉਂਦੇ ਸੀਗੇ ਸਾਨੂੰ ਦੀਂਦੀ ਨਹੀਂ ਸੀਗੀ ਆ ਮੇਰੀ ਵੀ ਨਾਲ ਥੋੜੀ ਜਿਹੀ ਨਾ ਇੱਥੇ 2 ਕਨਾਲ ਜ਼ਮੀਨ ਲੱਗਦੀ ਹੈਗੀ ਅਸੀਂ ਆਉਂਦੇ ਜਾਂਦੇ ਰਹਿੰਦੇ ਸੀਗੇ ਤੇ ਜਦੋਂ ਦੇਖਦੇ ਸੀਗੇ ਸਾਨੂੰ ਜੇਸੀਬੀਆਂ ਥੱਲੇ ਉਹ ਵੱਡੀਆਂ ਵੱਡੀਆਂ ਪੋਕਲੀਨਾਂ ਜੀਆਂ ਦੀਂਦੀਆਂ ਨਹੀਂ ਸੀਗੀਆਂ ਸਾਨੂੰ ਤੁਸੀਂ ਮੈਂਬਰ ਹੋ ਪੰਚਾਇਤ ਦੇ ਹਾਂਜੀ ਮੈਂ ਮੌਜੂਦਾ ਪੰਚਾਇਤ ਮੈਂਬਰ ਹਾਂ ਤੁਸੀਂ ਵਿਰੋਧ ਨਹੀਂ ਕੀਤਾ ਉਹਨਾਂ ਦਾ ਵਿਰੋਧ ਹੀ ਬਸ ਮੌਕੇ ਦੀ ਸਰਕਾਰ ਸੀ ਕਿ ਇਹਨਾਂ ਦੀ ਇਹ ਕਹਿੰਦੇ ਸੀਗੇ ਮੈਂ ਕਾਂਗਰਸ ਦਾ ਸਰਪੰਚ ਆ ਮੈਨੂੰ ਕੌਣ ਕੀ ਕਹੂਗੀ ਕਰੂਗਾ ਸਾਨੂੰ ਇਹ ਗੱਲ ਸੀ ਉਲਟੇ ਸਾਡੇ ਤਾਂ ਝੂਠੇ ਪਰਚੇ ਕਰਵਾਤੇ ਸੀਗੇ ਜੀ ਪੂਰੇ ਅੱਛਾ ਨੰਬਰਦਾਰ ਸਾਹਿਬ ਜਿਹੜਾ ਕੁਝ ਹੋ ਰਿਹਾ ਤੁਹਾਡੇ ਤਾਂ ਮਤਲਬ ਧਿਆਨ 'ਚ ਹੁੰਦੇ ਨੰਬਰਦਾਰ ਸਾਰਾ ਕੁਝ ਇਹ ਮਤਲਬ ਵਾਕਈ ਗੈਰ ਕਾਨੂੰਨੀ ਹੋ ਰਿਹਾ ਬਗੈਰ ਕਾਨੂੰਨੀ ਹੋਇਆ ਜੀ ਅਸੀਂ ਤਾਂ ਬਹੁਤ ਅਪੀਲਾਂ ਕਰੀਆਂ ਅਰਜ਼ੀਆਂ ਪਾਈਆਂ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਜੀ ਨੂੰ ਵੀ ਸਾਡੀ ਕਾਰਵਾਈ ਹੋਣੀ ਚਾਹੀਦੀ ਆ ਉਹ ਤਾਂ ਉਹ ਕਹੀ ਜਾਂਦੇ ਆ ਵੀ ਅਸੀਂ ਫੁੱਟ ਮਿੱਟੀ ਨਹੀਂ ਚੱਕਣ ਦਿੰਦੇ ਕਾਨੂੰਨੀ ਕਾਰਵਾਈ ਤੋਂ ਬਿਨਾਂ ਇੱਥੇ 8-8, 9-9 ਫੁੱਟ ਚੱਕੀ ਗਈ ਹੈ ਕੋਈ ਇੱਥੇ ਆ ਕੇ ਕੋਈ ਅਫਸਰ ਨਹੀਂ ਖੜਾ ਅਸੀਂ ਜਾ ਕੇ ਵੀ ਆਏ ਹਾਂ ਸਾਰਿਆਂ ਦੇ ਅਰਜ਼ੀਆਂ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਭਗਵੰਤ ਮਾਨ ਤੋਂ ਹੀ ਮੁੱਖ ਮੰਤਰੀ ਤੋਂ ਬੇਨਤੀ ਹੈ ਸਾਡੀ ਵੀ ਸਾਡੀ ਜੋ ਅਸੀਂ ਅਰਜ਼ੀਆਂ ਦਿੱਤੀਆਂ ਉਹਦਾ ਆ ਕੇ ਇੱਥੇ ਦੇਖਣ ਅਫਸਰ ਆ ਕੇ ਮੌਕਾ ਦੇਖਣ ਅਮਲ ਕਰਨ ਜਿਵੇਂ ਸਰਪੰਚ ਇਹਨਾਂ ਦਾ ਕਹਿਣਾ ਕਿ ਸਰਪੰਚ ਨੇ ਕਿਹਾ ਮੈਂ ਮੁਫਤ ਦੇ ਰਿਹਾ ਮੁਫਤ ਦੇ ਸਕਦੇ ਹੋ ਮਿੱਟੀ ਮੁਫਤ ਸਰਪੰਚ ਨੂੰ ਪਤਾ ਜੀ ਫਿਰ ਸਰਪੰਚ ਨੇ ਮੁਫਤ ਦਿੱਤੀ ਹੋਊਗੀ ਅਸੀਂ ਸਾਡੇ ਤਾਂ ਕੋਈ ਪਿੰਡ 'ਚ 1 ਰੁਪਈਆ ਵੀ ਲੱਗਿਆ ਵਾ ਰੇਤੇ ਦਾ ਦੱਸ ਦੇ ਵੀ ਆਹ ਅਸੀਂ ਆਹ ਮੈਨ ਵਾਲੀ ਮਿੱਟੀ ਪੈਸੇ ਲਾ ਕੇ ਸਾਡਾ ਕੰਮ ਕਰਿਆ ਵਾ ਕੋਈ ਦੱਸ ਦੇ ਸੀ ਸਾ ਦਿਖਾ ਦੇ ਸਕਦੇ ਵੀ ਸਰਪੰਚ ਦੇ ਵੀ ਕੀ ਕੰਮ ਚੰਗੇ ਕੀਤੇ ਹੋਏ ਪਿੰਡ 'ਚ ਠੀਕ ਹੈ ਉਹ ਤੁਸੀਂ ਤੁਹਾਨੂੰ ਆਪ ਹੀ ਦਿਖਾ ਦਾਂਗੇ ਹਰੇਕ ਰਾਹ ਨਹੀਂ ਕੋਈ ਹਰੇਕ ਰਾਹ 'ਚ ਰਸਤੇ 'ਚ ਮੈਨ ਗੋਹੀ ਵੀ ਹੈ ਕਿਤੇ ਵੀ ਦੇਖ ਲਓ ਮਤਲਬ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਦੀ ਨਾ ਤਾਂ ਸਹਿਮਤੀ ਲਈ ਨਾ ਕੁਝ ਉਹਨਾਂ ਨੂੰ ਮਿਲਿਆ ਬਿਲਕੁਲ ਹੀ ਨਹੀਂ ਬਿਲਕੁਲ ਹੀ ਤੇ ਮੈਂ ਵੀ ਬਲਕਾਰ ਸਿੰਘ ਸਿੱਧੂ ਨੂੰ ਮੈਂ ਪਾਈ ਸੀਗੀ ਤੇ ਉਹਨਾਂ ਨੇ ਵੀ ਅਮਲ ਨਹੀਂ ਕੀਤਾ ਇਸ ਅਮਲ ਨਹੀਂ ਕੀਤਾ ਨਹੀਂ ਜੀ ਬਿਲਕੁਲ ਤੁਸੀਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਵੀਰੇ ਤੁਹਾਡੀ ਵੀ ਨਹੀਂ ਸੁਣਵਾਈ ਨਹੀਂ ਨਹੀਂ ਕੋਈ ਸੁਣਵਾਈ ਨਹੀਂ ਨਹੀਂ ਇਹ ਤਾਂ ਜਿਵੇਂ ਸਰਕਾਰ ਕਹਿੰਦੀ ਸੀ ਵੀ ਅਸੀਂ ਗਲਤ ਕੰਮ ਹੋਣ ਹੀ ਨਹੀਂ ਦੇਣੇ ਇਹ ਤਾਂ ਨਹੀਂ ਵੀਰੇ ਉਹ ਸਰਕਾਰ ਤਾਂ ਕਹਿ ਰਹੀ ਸੀ ਪਰ ਹੁੰਦਿਆਂ ਕੁਛ ਲੋਕ ਵਿੱਚ ਉਹਨਾਂ ਦੇ ਮੂਹਰਲੇ ਉਹ ਦਬਾ ਲੈਂਦੇ ਇਹਨਾਂ ਚੀਜ਼ਾਂ ਨੂੰ ਵੀ ਸ਼ਾਇਦ ਆਪਣੀਆਂ ਵੋਟਾਂ ਵਧਣਗੀਆਂ ਜਿਹੜੇ ਕਰਪਟਾਂ ਤੇ ਇਸ ਤਰ੍ਹਾਂ ਪੜਦੇ ਪਾਉਂਦੇ ਆ ਨਾ ਉਹਨਾਂ 'ਚੋਂ ਕੁਛ ਕੁ ਅਚਾਨਕ ਬੰਦੇ ਹੈਗੇ ਆ ਸਾਡੇ ਵੀ ਹੈਗੇ ਆ ਪਿੰਡ 'ਚ ਇਹੋ ਜਿਹੇ ਕੁਛ ਕੁ ਬੰਦੇ ਜਿਹੜੇ ਉਹ ਸੱਚ ਨੂੰ ਦਬਾਉਣਾ ਚਾਹੁੰਦੇ ਹੈਗੇ ਕਿਉਂ ਝੂਠ ਨੂੰ ਹਾਂ ਵੀ ਤੈਨੂੰ ਨਹੀਂ ਕੁਛ ਹੋਣ ਦਿੰਦੇ ਕੋਈ ਗੱਲ ਨਹੀਂ ਗਾ ਜੇ ਕੋਈ ਕਰਪਟ ਬੰਦਾ ਨਾ ਉਹਨੂੰ ਸਪੋਰਟ ਕਰਦੇ ਆ ਉਹਦੀ ਵੀ ਇਹ ਕੁਛ ਕੁ ਬੰਦੇ ਹੈਗੇ ਅਚਾਨਕ ਬੰਦੇ ਜੀ ਅੱਛਾ ਮੈਂਬਰ ਸਾਹਿਬ ਇਹ ਵਾਕਈ ਗੈਰ ਕਾਨੂੰਨੀ ਕੰਮ ਹੋ ਰਿਹਾ ਜਿਹੜਾ ਹੋ ਰਿਹਾ ਹਾਂਜੀ ਵਾਕਈ ਗੈਰ ਕਾਨੂੰਨੀ ਕੰਮ ਹੋ ਰਿਹਾ ਇਹ ਜਿਵੇਂ ਕਹਿੰਦੇ ਕਿ ਮਤਾ ਪਾਇਆ ਤੁਹਾਡੇ ਸਾਈਨ ਹੋਏ ਉਹਦੇ ਉੱਪਰ ਨਹੀਂ ਜੀ
ਵੀ ਜਿਹੜੇ ਇਹਨਾਂ ਨਾਲ ਸਹਿਮਤ ਨਹੀਂ ਸੀਗੇ ਅਤੇ ਇਹਨਾਂ ਨੇ ਵੀ ਨਹੀਂ ਸਾਡੀ ਸੁਣਵਾਈ ਕੀਤੀ। ਅੱਛਾ ਇਹ ਫਿਰ ਜਿਹੜੇ ਸਹਿਮਤ ਨੇ ਉਹਨਾਂ ਨੇ ਸਹਿਣ ਕਿਵੇਂ ਕਰਤੇ? ਨਹੀਂ ਨਹੀਂ ਜਿਵੇਂ ਜੀ ਸਹਿਮਤ ਨਹੀਂ ਸੀ ਇਹ ਮਿੱਟੀ ਚੁਕਾਉਣ 'ਚ। ਅੱਛਾ ਹਾਂ ਉਹਨਾਂ ਨੇ ਸਾਨੂੰ ਸਾਈਨ ਕੀਤਾ ਵੀ ਭਾਈ ਇਹ ਬਿਲਕੁਲ ਗਲਤ ਨਜਾਇਜ਼ ਹੋ ਰਿਹਾ। ਠੀਕ ਹੈ ਉਹ ਹੈ ਮਤਲਬ ਮੈਂ ਹਾਂਜੀ ਹਾਂਜੀ ਆਹ ਪਿਛਲੇ ਪਾਸੇ ਦੂਜੀ ਕੱਪ ਅਤੇ ਆਹ ਇੱਧਰਲੀ ਸਾਈਡ। ਠੀਕ ਹੈ ਜੀ ਹਾਂ ਮਤਲਬ ਪਹਿਲਾਂ ਤਾਂ ਮਾਈਨਿੰਗਾਂ ਹੁੰਦੀਆਂ ਸੀਗੀਆਂ ਕਿ ਵੱਡੇ ਲੀਡਰ ਕਰਦੇ ਆ ਹਨਾ, ਹੁਣ ਪਿੰਡ ਪਿੰਡ ਦੇ ਸਰਪੰਚ ਹੀ ਕਰਨ ਲੱਗ ਗਏ। ਬਿਲਕੁਲ ਜੀ ਬਿਲਕੁਲ ਨਜਾਇਜ਼ ਹੀ ਹੋ ਰਿਹਾ। ਹੋਰ ਹੋਰ ਕਿਹੜੇ ਕਪੜੇ ਕੁਪੜੇ ਕੀਤੇ ਕੋਈ ਕੀਤੇ? ਹੋਰ ਵੀ ਇੱਕ ਕੰਧ ਕੱਢੀ ਹੈ ਜੀ ਸਾਡੇ ਬਸਤੀ ਹੈ ਜੀ, ਇਹ ਨੰਬਰਦਾਰ ਦੇ ਘਰ ਨੂੰ ਜਾਂਦੀ ਹੈ ਜੀ, ਉੱਥੇ ਬੜਾ ਰਾਹ ਖਰਾਬ ਹੋ ਗਿਆ ਜੀ, ਉੱਥੇ ਕਈ ਵਾਰੀ ਤਾਂ ਮਸ਼ੀਨਾਂ ਵੀ ਪਲਟੀ ਹੋਣ ਦੇ ਚਾਂਸ ਹੋ ਗਏ ਸੀ, ਹੋ ਵੀ ਗਈਆਂ ਜੀ ਇੱਕ ਦੋ ਵਾਰੀ ਜੇ ਸੀ ਵੀ ਨਾ ਚੱਕ ਕੇ ਲੈ ਕੇ ਆਇਆ ਕੰਪਾਈਨਾਂ ਜਦੋਂ ਸੀਜ਼ਨ ਹੁੰਦਾ। ਉਹ ਕੰਧ ਨਾ ਜੀ ਜਿਹੜੇ ਹਿਸਾਬ ਨਾਲ ਮਤਾ ਦੱਸ ਰਹੇ ਹੈਗੇ ਸਾਨੂੰ, ਉਹ ਮਤੇ ਦੇ ਵਿੱਚ ਥੱਲਿਓਂ 4 ਇੱਟਾਂ ਚੌੜੀ, ਉਦੋਂ ਗਾਂ 3 ਇੱਟਾਂ ਚੌੜੀ, ਉਦੋਂ ਗਾਂ 2 ਇੱਟਾਂ ਚੌੜੀ, ਉਹ ਤਹਾਂ ਕੇ 9 ਇੰਚੀ ਦੇ 2-3 ਰਦੇ ਲੱਗਣੇ ਸੀਗੇ ਅਤੇ ਉਹ ਸਰਪੰਚ ਸਾਹਿਬ ਨੇ ਸਾਰ ਕੋਈ ਥੱਲੋਂ ਹੀ 9 ਇੰਚੀ ਕੱਢਤੀ ਜੀ। ਉਹ ਖੜੂ ਕਿਵੇਂ ਜੀ? ਉਹ ਡਿੱਗ ਪੈਂਦੀ ਹੈ ਜੀ, ਫਿਰ ਕੱਢ ਲੈਂਦੇ ਆ, ਡਿੱਗ ਪੈਂਦੀ ਆ ਫਿਰ ਕੱਢ ਲੈਂਦੇ ਆ, ਹੁਣ ਉਹ ਆਖਰ ਨੂੰ ਡਿੱਗੀ ਪਈ ਜੀ, ਜੇਸੀਬੀਆਂ ਨਾਲ ਮਿੱਟੀ ਪੱਟ ਕੇ ਸਿੱਟੀ ਆ ਰਾਹ 'ਤੇ, ਰਾਹ ਬੰਦ ਹੋ ਗਿਆ ਸੀਗਾ। ਬਿਲਕੁਲ ਸ਼ਾਇਦ ਉਹਦੇ 'ਤੇ 18 ਲੱਖ ਰੁਪਇਆ ਲੱਗਿਆ ਵਾ ਦੱਸ ਰਹੇ ਆ, ਪਰ ਉਹਦੇ 'ਚ 18 ਲੱਖ ਲੱਗਿਆ ਵਾ ਦਿਖਾ ਦੇਣ ਵੀ ਕਿੱਥੇ ਲੱਗਿਆ ਵਾ। ਮਤਲਬ ਇੱਕ ਆ ਜਿਵੇਂ ਇੱਕ ਦੋ ਸਾਲ ਹੋਏ ਇਹਨੂੰ, 2 ਸਾਲਾਂ ਵਿੱਚ ਇੰਨਾ ਰੁਪਇਆ ਸ਼ਾਪਤ ਹੈ? ਬਹੁਤ ਜ਼ਿਆਦਾ ਜੀ, ਪੁੱਛੋ ਹੀ ਨਾ। ਬਸ ਨਿਰਗਾਂ ਦੇ ਵਿੱਚ ਤੁਸੀਂ ਐਂ ਹਿਸਾਬ ਲਾ ਲਓ, ਅਸੀਂ ਦੇਖਿਆ ਸੀਗਾ ਕੱਢ ਕੇ ਲਿਸਟਾਂ ਵੀ ਕਿਹਦੀ ਕਿਹਦੀ ਹਾਜ਼ਰੀ ਕਦੋਂ ਤੋਂ ਪੈਂਦੀ ਹੈਗੀ, ਅਤੇ ਸਾਡੇ ਸਰਪੰਚ ਸਾਹਿਬ ਦੇ ਉਹਦੀ ਵਾਈਫ ਹੈ ਜੀ, ਉਹਦੀ ਨੂੰਹ ਹੈ, ਕਰੋ ਉਹਨਾਂ ਦੀ ਵੀ ਹਾਜ਼ਰੀ, ਵਾਈਫ ਹੈ ਉਹਦੀ ਵੀ ਹਾਜ਼ਰੀ ਪੈਂਦੀ ਰਹੀ ਹੈ ਸਰਪੰਚ ਦੇ ਘਰ ਵਾਲੀ ਨਰੇਗਾ 'ਚ ਜਾਊਗੀ ਪਹਿਲਾਂ, ਤੁਸੀਂ ਇੰਨੇ ਹੀ ਦੇਖ ਲਓ, ਅਤੇ ਉਹਦੀ ਨੂੰਹ ਰਾਣੀ ਵੀ ਹੈ। ਹਾਂ ਉਹਨਾਂ ਦੀਆਂ ਹਾਜ਼ਰੀਆਂ ਪਈਆਂ ਹੋਈਆਂ ਜੀ, ਜਦੋਂ ਮੈਂ ਚੱਕਿਆ ਸੀ ਮੁੱਦਾ ਇਹ, ਉਦੋਂ ਕੁਛ ਪੈਸੇ ਤਾਂ ਸਰਪੰਚ ਸਾਹਿਬ ਭਰੇ ਆਏ ਸੀਗੇ, ਹਾਂ ਪੈਸੇ ਕੁਛ ਵਾਪਸ ਭਰਤੇ ਸੀ ਉਹਨਾਂ ਨੇ। ਉਦੋਂ ਬਾਅਦ ਇੱਥੇ ਆਪਣੇ ਨੇ ਕੱਸੀ ਦੇ ਪੁਲ 'ਤੇ ਜੀ ਇੱਕ ਕਾਟੂ ਹੈ ਮੁੰਡੇ ਦਾ ਨਾਂ, ਜ਼ਿਮੀਂਦਾਰਾਂ ਦਾ ਮੁੰਡਾ, ਉਹਦੀਆਂ ਵੀ ਹਾਜ਼ਰੀਆਂ ਪਈਆਂ, ਅੱਜ ਤਾਈਂ ਕੋਈ ਬੰਦਾ ਵੀ ਸਬੂਤ ਕਰਦੇ ਵੀ ਉਹ ਕਿਤੇ ਵੀ ਨਰਗਾਂ 'ਚ ਗਿਆ ਹੋਵੇ। ਹਾਂਜੀ 3 ਸਾਲਾਂ ਤੋਂ ਇਹਨਾਂ ਦੀਆਂ ਹਾਜ਼ਰੀਆਂ, ਜਦੋਂ ਮੰਨ ਕੇ ਚੱਲ ਆਪਾਂ ਬਲਕਾਰ ਸਿੰਘ ਸਿੱਧੂ ਨੂੰ ਵੋਟਾਂ ਪਈਆਂ, ਉਦੋਂ 6 ਮਹੀਨੇ ਪਹਿਲਾਂ ਇਹਨਾਂ ਨੇ ਹਟਿਆ ਇਹ ਚੀਜ਼। ਅੱਛਾ ਹਾਂਜੀ ਹਾਜ਼ਰੀਆਂ ਪਾਉਣਾ ਉਹਨਾਂ ਦੀਆਂ, ਹਾਂਜੀ ਉਦੋਂ ਪਹਿਲਾਂ ਦੀਆਂ, ਜਦੋਂ ਮਰਜ਼ੀ ਰਿਕਾਰਡ ਕਢਾ ਸਕਦੇ ਹੋ ਤੁਸੀਂ। 3 ਸਾਲਾਂ ਦਾ ਇੱਕ ਬੰਦੇ ਦਾ 25,000 ਰੁਪਇਆ ਬਣਦਾ, 3 ਸਾਲਾਂ ਦਾ ਤੁਸੀਂ ਦੇਖ ਲਓ ਵੀ 75,000 ਰੁਪਇਆ ਇੱਕ ਬੰਦੇ ਨੂੰ ਆਇਆ, ਬਿਲਕੁਲ ਘਰੇ ਬੈਠੇ ਬਿਠਾਏ। ਇੱਧਰ ਆ ਜਿਵੇਂ ਵੀਰ ਬੈਠ ਖੜ ਰਹੇ ਆ, ਹੋ ਸਕਦਾ ਇਹਨਾਂ ਦੀਆਂ ਜੇਬਾਂ 'ਚੋਂ ਨਿਕਲੇ ਹੋਣ, ਕਈ ਬੁੜੀਆਂ ਇਹੋ ਜਿਹੀਆਂ ਵੀ ਜਿਨ੍ਹਾਂ ਦੇ 3-3 ਮਹੀਨੇ ਲੱਗੇ ਪਏ ਸੀ, ਉਹਨਾਂ ਨੂੰ ਜਮ੍ਹਾਂ ਇੱਕ ਪੈਸਾ ਵੀ ਨਹੀਂ ਆਇਆ। ਅੱਛਾ ਜਿਵੇਂ ਨੰਬਰਦਾਰ ਸਾਹਿਬ ਇਹ ਕਰੋੜਾਂ ਰੁਪਈਆਂ ਦਾ ਕੰਮ ਹੋ ਰਿਹਾ, ਫਿਰ ਇਹ ਮਤਲਬ ਧਮਕੇ ਧੁਮਕੇ ਦਿੰਦੇ ਆ ਮਾਈਨਿੰਗ ਕਰਨ ਵਾਲੇ ਇੱਥੇ? ਕੋਈ ਧਮਕੀਆਂ ਤਾਂ ਦਿੰਦੇ ਹੀ ਹੈ ਜੀ, ਜਿਹੜੇ ਕੋਈ ਆਉਂਦਾ ਇਕੱਲਾ ਇਕੱਲਾ ਬੰਦਾ ਆਉਂਦਾ, ਅੱਜ ਪਤਾ ਨਹੀਂ ਕਿਵੇਂ ਇਕੱਠੇ ਹੋ ਗਏ ਆ ਕੈਮਰੇ ਦਾ ਕਰਕੇ, ਜੇ ਕੋਈ ਆਉਂਦਾ ਤਾਂ ਮੋੜ ਦਿੰਦੇ ਸੀ, ਆਉਣੀ ਨਹੀਂ ਸੀ ਦਿੰਦੇ ਜੀ, ਕਿਉਂ ਸਰਕਾਰਾਂ ਦਾ ਤਾਪ ਤੇਜ਼ ਸੀ ਜੀ ਉਦੋਂ ਕਾਂਗਰਸ ਦੀ ਸਰਕਾਰ 'ਚ, ਆਉਣੀ ਨਹੀਂ ਸੀ ਦਿੰਦੇ, ਨੇੜੇ ਨਹੀਂ ਸੀ ਹੁਣ ਦਿੰਦੇ ਜੀ ਇੱਥੇ ਕਿਸੇ ਨੂੰ, ਕਹਿੰਦਾ ਤੁਹਾਡਾ ਤਾਂ ਕੰਮ ਹੀ ਨਹੀਂ ਜਾਓ ਬਈ। ਅੱਛਾ ਜਿੰਨਾ ਜ਼ਮੀਨ ਉਹਨਾਂ ਨੂੰ ਮਿਲਣ ਦਿੰਦੇ? ਹਾਂ ਜੀ, ਕਹਿੰਦਾ ਤੁਹਾਡਾ ਤਾਂ ਇੱਥੇ ਕੰਮ ਹੀ ਨਹੀਂ ਕੋਈ, ਤੁਸੀਂ ਜਾਓ। ਠੀਕ ਹੈ, ਤੁਸੀਂ ਵਿਰੋਧ ਵਿਰੋਧ ਕੀਤਾ ਸਰਪੰਚ ਨਾਲ ਗੱਲਬਾਤ ਕੀਤੀ ਕਿ ਵੀ ਐਂ ਕਰਨਾ? ਤਾਂ ਪਤਾ ਕੀ ਹੈ ਜੀ, ਸਾਡੇ ਨਾਲ ਸਿੱਧਾ ਹੀ ਨਹੀਂ ਜਦੋਂ ਬੋਲਦਾ, ਸਾਨੂੰ ਤਾਂ ਪੈਂਦਾ ਸੀ ਸਾਨੂੰ ਤਾਂ ਕਹਿ ਦਿੰਦਾ ਤੁਹਾਡਾ ਤਾਂ ਮਤ ਮਿਲੀ ਨਹੀਂ, ਮੈਂ ਸਰਪੰਚ ਆ ਤੁਸੀਂ ਕੀ ਚੀਜ਼ ਆ? ਅੱਛਾ ਹਾਂ ਇੱਥੋਂ ਹਕਾਰੀ ਬੰਦੇ ਦਾ ਕੀ ਹੁੰਦਾ ਜੀ ਫਿਰ? ਨਾਲੇ ਨੰਬਰਦਾਰ ਦੀ ਬਿੱਲ ਜੀ ਉਹਦੇ ਬਰਾਬਰ ਹੁੰਦੀ ਹੈ ਸਰਪੰਚ ਦੀ, ਜੇ ਬੰਦਾ ਸਮਝੇ ਤਾਂ, ਨੰਬਰਦਾਰ ਦੀ ਬਿੱਲ ਜੀ ਉਹਦੇ ਬਰਾਬਰ ਹੁੰਦੀ ਜੇ ਬੰਦਾ ਸਮਝੇ ਤਾਂ, ਜਿਹਨੇ ਨਹੀਂ ਸਮਝਣਾ ਫਿਰ ਵਿੱਖ। ਬਿਲਕੁਲ ਜੀ। ਅੱਛਾ ਬਾਪੂ ਜੀ, ਜਿਹੜੀ ਇਹ ਜ਼ਮੀਨ ਆ ਮਤਲਬ ਇਹ ਜਿਵੇਂ 80 ਭਾਈਚਾਰੇ ਦੀ ਹੈ, ਇਹ ਵਾਕਈ ਇਹ ਮਾਈਨਿੰਗ ਹੋ ਰਹੀ ਹੈ ਇੱਥੇ? ਹਾਂਜੀ ਹਾਂਜੀ। ਇਹ ਵੇਚੀ ਜਾ ਰਹੀ ਮਿੱਟੀ ਕਿ ਦਿੱਤੀ ਜਾ ਰਹੀ ਹੈ? ਇਹ ਤਾਂ ਹੁਣ ਫ੍ਰੀ ਕਹਿੰਦੇ ਹੈਗੇ ਜੀ, ਹਾਂ ਫ੍ਰੀ ਦੇਖ ਲਓ ਕਿਹੜਾ ਵੇਚ ਦੂਗਾ ਇੰਨੀ ਮਿੱਟੀ, ਹੈ ਨਾ? ਹਾਂ ਆ ਸਾਰਾ ਰੋਡ ਇਸੇ ਤੋਂ ਹੀ ਬਣੇਗਾ, ਸਾਰੀ ਮਿੱਟੀ ਇੱਥੇ ਪਈ ਹੈ, ਇੱਥੇ ਪਈ ਹੈ, ਮਕਾਨ ਵੀ ਪਾਏ ਹੋਏ ਸੀ ਜੀ ਵੱਡੇ ਵੱਡੇ, ਇੱਥੇ ਮਕਾਨ ਪਾਏ ਹੋਏ ਸੀ, ਮਸ਼ੀਨਾਂ ਸੀ ਇੱਥੇ ਰਲਾਉਂਦੇ ਸੀ, ਪੱਥਰ ਸਾਰਾ ਕੁਝ ਰਲਾ ਰਲਾ ਕੇ ਭਰਦੇ ਸੀ ਗੱਡੀਆਂ, ਮਸ਼ੀਨਾਂ ਲੱਗੀਆਂ ਸੀ, ਮਸ਼ੀਨਾਂ ਲੱਗੀਆਂ, ਹਾਂਜੀ ਹਾਂ, ਬਹੁਤ ਚਿਰ ਰਹੇ ਇੱਥੇ, ਕਮਰੇ ਪਾਏ ਹੋਏ ਸੀ, ਮਤਲਬ ਜਿਹੜਾ ਸਾਰਾ ਹਾਈਵੇ ਬਣਿਆ ਹੋਇਆ ਵਾ ਇਹਦੀ, ਇਹ ਇੱਥੇ ਬਿਠੀ ਇੱਥੇ ਬਣਿਆ, ਤੁਸੀਂ ਆਪ ਹੀ ਲਾ ਲਓ ਇੱਧਰ ਨੂੰ ਹਜੇ ਗਏ ਨਹੀਂ ਹੋਣੇ ਆਪਾਂ ਪਰੇ ਨੂੰ। ਇੱਕ ਕਿੰਨੀ ਕੁ ਉੱਚੀ ਜ਼ਮੀਨ ਸੀਗੀ ਇਹ? ਸੀਗੀ 8-10 ਫੁੱਟ ਜੀ, ਖੱਡਾਂ ਪਾਦੀਆਂ, ਹਾਂਜੀ ਹਾਂਜੀ ਹਾਂਜੀ, ਹਜੇ ਤਾਂ ਆਪਾਂ ਖੜੇ ਇੱਥੇ ਨੀਵੇਂ 'ਚ, ਮੂਹਰੇ ਹੋਰ ਮਾੜਾ ਜਿਹਾ ਚੱਲ ਕੇ ਆਪਾਂ ਕੈਮਰੇ ਨੂੰ ਲੈ ਕੇ ਨਾ ਮੂਹਰੇ ਦਿਖਾਉਂਦੇ ਹਾਂ ਤੁਹਾਨੂੰ, ਚੱਲ ਕੇ ਚਲੋ ਅੱਗੇ ਚੱਲਦੇ, ਹਾਂਜੀ ਅੱਗੇ ਵੀ ਦੇਖਦੇ ਹਾਂ ਗੱਲਬਾਤ ਕਰਦੇ ਹਾਂ। ਜਿਹੜੀ ਮਾਈਨਿੰਗ ਵੱਡੇ ਪੱਧਰ 'ਤੇ ਹੋਈ ਆ ਪਿੰਡ ਦੇ ਵਿੱਚੋਂ, ਜਿਹੜੀ ਮਿੱਟੀ ਆ ਚੱਕ ਚੱਕ ਕੇ ਕਹਿੰਦੇ ਕਿ ਹਾਈਵੇ ਵਾਲਿਆਂ ਨੂੰ ਵੇਚੀ ਗਈ ਹੈ, ਜਿਹੜੇ ਨੈਸ਼ਨਲ ਹਾਈਵੇ ਬਣ ਰਹੇ ਆ ਵੱਡੇ ਰੋਡ, ਇਹ ਕਿੱਡਾ ਕੁ ਡਿੱਬਾ ਸੀ ਬਾਈ? ਬਹੁਤ ਵੱਡਾ ਸੀਗਾ ਬਾਈ, ਬਹੁਤ ਵੱਡਾ ਟਿੱਬਾ ਹੈ। ਹਾਂ ਤੁਸੀਂ ਇੱਧਰ ਦੇਖ ਹੀ ਸਕਦੇ, ਇੱਧਰ ਤੁਹਾਨੂੰ ਪਤਾ ਲੱਗ ਜੂਗਾ ਜੀ, ਟਿੱਬੇ ਤੋਂ ਟੋਏ ਬਣਾਤੇ ਹੈ? ਹਾਂ ਟੋਏ ਬਣਾਤੇ ਜੀ, ਟੋਏ ਬਣਾਤੇ। ਤਾਂ ਬਾਈ ਤੇਰਾ ਕੱਦ ਕਿੰਨਾ ਹੈਗਾ? ਮੇਰਾ ਬਾਈ 5.5 ਫੁੱਟ।
तो तस्वीर देख रहे हो ये सारी मिट्टी कहते वेची गई है गैर कानूनी ढंग जिन्हों की जमीन है ना तो उन्होंने कोई सहमति ली गई है ना ही जोड़े मैंबर आ पंचायत के उन्होंने कोई सहमति है कहते सैन करवा ले पर दस्या नहीं कि कादे लिए करवाए गए हैं व्डे पद्धर से घपला होया करोड़ों रुपये की मिट्टी बेची गई है। उम्मीद करते हैं सरकार इस चीज़ की जांच करूगी तो जी बनती कार्रवाई दोषियों के उपर जरूर करूगी। सरपंच का पक्ष भी लैन की कोशिश करेंगे गलबात करते हो भी सुनाने की कहना सरपंच का सरपंच सत श्रीकाल जी। सत श्रीकाल जी। सरपंच साहब अब जी इतने माइनिंग हो रही है पिंड वासियों का तो कुछ मैंबर का कहना कि माइनिंग गैर कानूनी है। देखो जी मैंबर मेरे नाल पंचायत सहमत है ठीक है जी कोई गैर कानूनी नहीं मिट्टी चकाई इतने भूतां रहिंदियां सी जी है ना इन्हें विरोधी पार्टी जी ये जान बुझ के पंगे लेंदे है ठीक है जी ठीक है ना कोई गल नहीं कोई बात नहीं इन्होंने कहा भी जेडे बंदे ने मैनू पैसे फड़ाए है चल चलो गुरद्वारे चलो आजो एक मिनट मैंबर ठीक है ना बई ये खाम खा मैनू किसी ने बंदे ने साडे पिंड दे विचों चुका गया सी अच्छा जी मैं उहदी दरखास्त दित्ती आ खड़ा मुंडा ये हुण उस घरोट च मैनू फसाउंदे है अच्छा जी ਉਹ ਜਿਹੜੀ ਮਤਲਬ ਇਹ ਮਾਈਨਿੰਗ ਹੈ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਕਾਨੂੰਨੀ ਹੈ ਜੀ ਕਾਨੂੰਨੀ ਹੈ ਹਾਂ ਇਹ ਐਗਰੀਮੈਂਟ ਕਦੋਂ ਦਾ ਸੀਗਾ ਜੀ ਇਹ ਤਾਂ ਹੋ ਗਏ ਨੂੰ 2 ਸਾਲ ਜੀ ਉਹ ਕਹਿੰਦੇ 2021 ਤੱਕ ਦਾ ਸੀਗਾ ਹਾਂ ਤੇ ਹੁਣ ਕਿਉਂ ਹੋ ਰਹੀ ਹੈ ਇੱਥੇ ਹੁਣ ਹੋ ਰਹੀ ਹੈ ਜਦੋਂ ਮੇਰੇ ਕੋਲ ਪੈਸੇ ਹੋਣਗੇ ਮੈਂ ਫੇਰ ਹੀ ਕਰਾਉਣੇ ਆ ਕਿਵੇਂ ਜੀ ਜੇ ਕੋਈ ਪੈਸਾ ਆਊਗਾ ਕਿਧਰੋਂ ਫੇਰ ਹੀ ਕਰਾਉਣੀ ਮੈਂ ਨਹੀਂ ਫਿਰ ਜਦੋਂ ਐਗਰੀਮੈਂਟ 2021 ਦੇ ਵਿੱਚ ਖਤਮ ਹੋਇਆ ਹੋਇਆ ਤੁਸੀਂ ਹਾਲੇ ਵੀ ਇਹਨਾਂ ਨਾਲ ਦੇਖੋ ਜੀ ਜਿਹੜਾ ਮਾਲਕ ਸੀ ਇਹਨੇ ਮਿੱਟੀ ਚੱਕੀ ਹੈ ਉਹਨੇ ਆਖਿਆ ਸੀ ਵੀ ਮੈਂ ਕਰਾ ਲਾ ਕੇ ਦੇਵਾਂਗਾ ਹੈ ਨਾ ਕੰਪਿਊਟਰ ਲਾ ਕੇ ਦੇਵਾਂਗਾ ਉਹਨਾਂ ਨੇ ਲੈ ਲਿਆ ਉਧਰ ਠੇਕਾ ਤੇ ਹੁਣ ਉਹ ਕਹਿੰਦੇ ਵੀ ਤੂੰ ਕਰਾ ਦੇ ਮੈਂ ਕਰਾ ਤੀ ਅੱਛਾ ਇਹ ਮਤਲਬ ਹੁਣ ਤੁਸੀਂ ਉਹ ਲੈਵਲ ਕਰਵਾ ਰਹੇ ਹੋ ਹਾਂ ਲੈਵਲ ਕਰਾ ਲੈਣੇ ਤੇ ਵਿੱਚ ਜਿਹੜੇ ਉਹ ਮਤਲਬ ਖੰਗਰ ਵਗੈਰਾ ਜਿਹੜੇ ਲੁੱਕ ਲੁੱਕ ਡਲੇ ਡੋਲੇ ਪਾਏ ਜਾ ਰਹੇ ਆ ਉਹ ਵਿੱਚ ਸਾਰੇ ਦੱਬ ਜਾਣਗੇ ਵਿੱਚ ਦੱਬ ਦੇਣਗੇ ਠੀਕ ਹੈ ਤੇ ਇੱਕ ਚੀਜ਼ ਹੋ ਰਹੀ ਹੈ ਉਹ ਕਹਿੰਦੇ ਵੀ ਜਿਹੜਾ ਮਤਲਬ ਆ ਨਰੇਗਾ ਵਾਲੇ ਆ ਇਹਨਾਂ ਤੋਂ ਇੱਥੇ ਕੰਮ ਕਰਵਾਇਆ ਜਾ ਰਿਹਾ ਇਹਨਾਂ ਦਾ ਮਾਸਟਰ ਰੋਲ ਕਿੱਥੋਂ ਦਾ ਜੀ ਮਾਸਟਰ ਰੋਲ ਇੱਥੋਂ ਦਾ ਹੀ ਹੈ ਜੀ ਇੱਥੋਂ ਦਾ ਹੀ ਹੈ ਜੀ ਇੱਥੋਂ ਦਾ ਹੀ ਹੈ ਮਤਲਬ ਇਹ ਵੀ ਸਹੀ ਹੈ ਤਰੀਕਾ ਜੀ ਠੀਕ ਹੈ ਜੀ ਕਢਵਾ ਦਾਂਗੇ ਇਸ ਗੱਲ ਕਢਵਾਇਆ ਵਾ ਮਾਸਟਰ ਰੋਲ ਦਾ ਕਢਵਾਇਆ ਵਾ ਜੀ ਤੇ ਇਹ ਜਿਹੜੀ ਮਿੱਟੀ ਮਤਲਬ ਤੁਸੀਂ ਦਿੱਤੀ ਹੈ ਇਹ ਮੁਫਤ ਦਿੱਤੀ ਹੈ ਕਿ ਪੈਸੇ ਲਏ ਇਹ ਜੀ ਐਂ ਕੀਤਾ ਸੀ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਵੀ ਜਦੋਂ ਉਹ ਆਏ ਠੀਕ ਹੈ ਨਾ ਕਹਿੰਦੇ ਵੀ ਮਿੱਟੀ ਅਸੀਂ ਮਲ ਚੱਕਣੀ ਆ ਠੀਕ ਹੈ ਜੀ ਮੈਂ ਕਿਹਾ ਵੀ ਮੈਂ ਪੁੱਛੂਗਾ ਪੰਚਾਇਤ ਨੂੰ ਸਾਰੇ ਨੂੰ ਪੰਚਾਇਤ ਦੇ ਪੂਰੇ ਸਾਈਨ ਹੋਏ ਆ 7 ਮੈਂਬਰ ਦੇ 7 ਵਾਲੇ ਸਾਈਨ ਹੋਏ ਆ 8ਵਾਂ ਮੈਂ ਆ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇੱਥੇ ਉੱਚਾ ਥਾ ਨਾ ਇੱਥੇ ਬੋਰ ਕੀਤਾ ਸੀ ਠੀਕ ਹੈ ਉਹਨਾਂ ਨੇ ਮਲ ਕਹਿੰਦੇ ਵੀ ਅਸੀਂ ਬੋਰ ਕਰਾ ਕੇ ਦੇਵਾਂਗੇ ਕੰਪਿਊਟਰ ਲਵਾ ਕੇ ਦੇਵਾਂਗੇ ਮੈਂ ਠੀਕ ਹੈ ਜੀ ਹੈ ਨਾ ਬੋਰ ਉਹਨਾਂ ਦਾ ਹੋਇਆ ਵਾ ਜਿਹੜਾ ਮਰਜ਼ੀ ਚੱਕ ਲੈ 400 ਫੁੱਟ ਡੂੰਘਾ ਤੇ 50 ਫੁੱਟ ਥੱਲੇ ਆ ਠੀਕ ਹੈ ਜੀ ਹੈ ਜੀ ਤੇ ਕਿੰਨਾ 400 ਫੁੱਟ बोर कराता बोर कराने बाद बाद लिखा मैं हूं मैं मंगा सकता तुम पत्रकार दस दिना भी की ओर लिखा भी ना पैसा लेना ना देना ठीक है मतलब मुफ्त से सारा मुफ्त से ते जेड़ा एक होर कानून है जी अपने मतलब कि 3 फुट तो वध आपां माइनिंग कर ही नहीं सकते केड़ा जी कि 3 फुट तो वध भूतां ओ थोड़ी सहमत है भूतां पड़दियां सी मैं की माड़ा करता मिट्टी चकती ते भूतां ओदे ते होर की सी ते ਇਹ ਤਾਂ ਕੁੱਤੇ ਦੇ ਸਾਲੇ ਜਾਣ ਕੇ ਮੈਨੂੰ ਖਰਾਬ ਕਰਦੇ ਕੱਢੂ ਕਾਲਾ ਮੈਨੂੰ ਕਰ ਲੈਣੇ ਕਰ ਲੈਣੇ ਠੇਕੇ ਤੇ ਲਗਾਣਾ ਜੁਬਾਨ ਜੀ ਭੈਣ ਜੀ ਜਿੰਨੇ ਜ਼ੋਰ ਨਾਲ ਕੱਟੋ ਕੁੜੀ ਦੇ ਨਹੀਂ ਨਹੀਂ ਉਧਰ ਆਪਾਂ ਬਾਅਦ ਚ ਗੱਲ ਕਰਾਂਗੇ ਆਪਾਂ ਆਏ ਆ ਵੀ ਤੁਹਾਡਾ ਵੀ ਪੱਖ ਰੱਖਣਾ ਨਾ ਵੀ ਤੁਹਾਡਾ ਕੀ ਕਹਿਣਾ ਆਪਾਂ ਮੇਰਾ ਕੰਮ ਹੈ ਬਿਲਕੁਲ ਠੀਕ ਕਰ ਰਿਹਾ ਜੀ ਜਮਾ ਠੀਕ ਕਰ ਰਿਹਾ ਮਤਲਬ ਕੋਈ ਵੇ ਦੇ ਵਿੱਚ ਕੋਈ ਕੁਝ ਨਹੀਂ ਇਹਦੇ ਚ ਕੋਈ ਕੁਰੂ ਨਹੀਂ ਠੀਕ ਹੈ ਜੀ ਠੀਕ ਹੈ ਨਾ ਮੈਨੂੰ ਕੋਈ ਡਰ ਨਹੀਂ ਹੈ ਜਿੱਥੇ ਮਰਜ਼ੀ ਭੱਜ ਲੈਣ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਅਫਸਰਾਂ ਨੇ ਆਖਿਆ ਵੀ ਤੂੰ ਕਰਾ ਦੇ ਇਹਨੂੰ ਹਾਂ ਠੀਕ ਹੈ ਨਾ ਮੈਂ ਕਰਾਤੀ